ਪ੍ਰਭੂ ਅ ਅਪ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੈ ਵੀ ਆਪਾਂ ਅ ਕਾਲੇ ਕਰੋਨਾ ਨੂੰ ਰੱਦ ਕਰਾਉਣ ਦੇ ਖਾਤਰ ਤੇ ਐਮਐਸਪੀ ਦੀ ਗਰੰਟੀ ਕਰਾਉਣ ਦੇ ਖਾਤਰ 100 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਦਿੱਲੀ ਮੋਰਚੇ ਦੇ ਵਿੱਚ ਡਟੇ ਹੋਇਆਂ ਨੂੰ ਤੇ ਜਿਹਦੇ ਵਿੱਚ ਹੁਣ ਤੱਕਰ 300 ਤੋਂ ਉੱਪਰ ਕਿਸਾਨਾਂ ਨੌਜਵਾਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਹੋ ਚੁੱਕੀਆਂ ਉਹਨਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਤੇ ਇਸ ਨੂੰ ਪਰਨ ਕਰਨ ਦੇ ਖਾਤਰ ਇਸ ਵੀ ਅਸੀਂ ਜੋ ਕਰਨ ਕੀਤਾ ਵੀ ਇਹ ਕਾਨੂੰਨਾਂ ਨੂੰ ਰੱਤ ਕਰਾਉਣ ਤੋਂ ਘੱਟ ਜਾਂ ਐਮਐਸਪੀ ਦੀ ਗਰੰਟੀ ਕਰਾਉਣ ਤੋਂ ਘੱਟ ਅਸੀਂ ਕੋਈ ਵੀ ਸਮਝੌਤਾ ਨਹੀਂ ਕਰਾਂਗੇ ਤੇ ਇਹ ਅਖੀਰ ਤੱਕ ਡਟਾਂਗੇ ਇਹ ਪਰਨ ਕਰਨ ਦੇ ਖਾਤਰ ਤੇ ਜਿਹੜੇ ਆਪਣੇ ਮੋਰਚੇ ਦੇ ਸ਼ਹੀਦ ਹੈ ਕਿਸਾਨ ਮੋਰਚੇ ਦੇ ਸ਼ਹੀਦ ਹੈ ਜਾਂ ਆਪਣੇ ਜੋ 23 ਮਾਰਚ ਦੇ ਸ਼ਹੀਦ ਹੈ ਜਿਨ੍ਹਾਂ ਨੇ ਆਪਣੇ ਚੜ੍ਹਦੇ ਜਵਾਨੀ ਦੇ ਵਿੱਚ ਦੇਸ਼ ਨੂੰ ਯਾਦ ਕਰਾਉਣ ਦੇ ਖਾਤਰ ਆਪਣੀਆਂ ਜਾਨਾਂ ਵਾਰੀਆਂ ਉਹ ਸਾਰੇ ਸ਼ਹੀਦਾਂ ਨੂੰ ਆ ਯਾਦ ਕਰਕੇ ਉਹਨਾਂ ਤੋਂ ਪ੍ਰੇਰਣਾ ਲੈਣ ਦੇ ਖਾਤਰ ਤੇ ਤੀਸਰਾ ਜਿਹੜੇ ਹੁਣ ਤੱਕ ਮੋਰਚੇ ਦੇ ਵਿੱਚ ਕਿਸਾਨਾਂ ਤੇ ਪਰਚੇ ਦਰਜ ਹੋਏ ਐ ਨੌਜਵਾਨਾਂ ਤੇ ਉਹ ਪਰਚੇ ਰੱਦ ਕਰਾਉਣ ਦੇ ਖਾਤਰ ਤੇ ਜਿਹੜੀ ਛਾਪੇਮਾਰੀ ਐ ਜਾਂ ਗ੍ਰਿਫਤਾਰੀਆਂ ਨੇ ਘਰਾਂ ਦੇ ਵਿੱਚ ਜਾਂ ਜਿਹੜੇ ਨੌਜਵਾਨਾਂ ਦੇ ਨਾਮ ਰੱਖੇ ਗਏ ਆ ਉਹਨਾਂ ਨੂੰ ਫੜਨ ਦੀ ਖਾਤਰ ਉਹਨਾਂ ਦੇ ਬਰਾਂਟ ਜਾਰੀ ਕੀਤੇ ਹੋਏ ਨੇ ਉਹਨਾਂ ਦੇ ਬਰਾਂਟ ਰੱਦ ਕਰਾਉਣ ਦੀ ਖਾਤਰ ਉਹਨਾਂ ਦੇ ਨਾਮ ਹੈ ਗ੍ਰਿਫਤਾਰੀਆਂ ਵਾਲੇ ਰੱਦ ਕਰਾਉਣ ਦੀ ਖਾਤਰ ਇਹ ਸਾਰੇ ਬਨੋਰਥਾਂ ਦੇ ਨਾਲ ਤਿੰਨੇ ਆਪਣੀਆਂ ਧਿਰਾਂ ਜਿਹੜੀਆਂ ਹੈਗੀਆਂ ਨੇ ਕਿਸਾਨ ਮਜ਼ਦੂਰ ਅਤੇ ਨੌਜਵਾਨ ਤਿੰਨੇ ਧਿਰਾਂ ਨੂੰ ਇਕੱਠਾ ਕਰਕੇ ਕਿਸਾਨ ਜਥੇਬੰਦਗੀਆਂ ਭਾਰਤੀ ਕਿਸਾਨ ਜਿਹਨੂੰ ਕ੍ਰਾਂਤੀਕਾਰੀ ਵੱਲੋਂ ਕਿਸਾਨ ਜਥੇਬੰਦਗੀਆਂ ਨੂੰ ਨਾਲ ਲੈ ਕੇ ਸਹਿਯੋਗੀ ਜਥੇਬੰਦਗੀਆਂ ਨੂੰ ਨਾਲ ਲੈ ਕੇ ਤੇ ਇਹ ਜਿਹੜਾ ਆਪਣਾ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਨੌਜਵਾਨ ਆਗੂਆਂ ਨੂੰ ਨਾਲ ਲੈ ਕੇ ਉਗੇ ਕਲਾਕਾਰਾਂ ਨੂੰ ਨਾਲ ਲੈ ਕੇ ਇਹੇ ਆਪਣੀ ਕਾਨਫਰੰਸ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਵੱਧ ਵੱਧ ਚੜ ਕੇ ਇਹਦੇ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ ਧੰਨਵਾਦ ਜੀ ਪ੍ਰਭੂ ਅ ਅਪ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੈ ਵੀ ਆਪਾਂ ਅ ਕਾਲੇ ਕਰੋਨਾ ਨੂੰ ਰੱਦ ਕਰਾਉਣ ਦੇ ਖਾਤਰ ਤੇ ਐਮਐਸਪੀ ਦੀ ਗਰੰਟੀ ਕਰਾਉਣ ਦੇ ਖਾਤਰ 100 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਦਿੱਲੀ ਮੋਰਚੇ ਦੇ ਵਿੱਚ ਡਟੇ ਹੋਇਆਂ ਨੂੰ ਤੇ ਜਿਹਦੇ ਵਿੱਚ ਹੁਣ ਤੱਕਰ 300 ਤੋਂ ਉੱਪਰ ਕਿਸਾਨਾਂ ਨੌਜਵਾਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਹੋ ਚੁੱਕੀਆਂ ਉਹਨਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਤੇ ਇਸ ਨੂੰ ਪਰਨ ਕਰਨ ਦੇ ਖਾਤਰ ਇਸ ਵੀ ਅਸੀਂ ਜੋ ਪਰਨ ਕੀਤਾ ਵੀ ਇਹ ਕਾਨੂੰਨਾਂ ਨੂੰ ਰੱਤ ਕਰਾਉਣ ਤੋਂ ਘੱਟ ਜਾਂ ਐਮਐਸਪੀ ਦੀ ਗਰੰਟੀ ਕਰਾਉਣ ਤੋਂ ਘੱਟ ਅਸੀਂ ਕੋਈ ਵੀ ਸਮਝੌਤਾ ਨਹੀਂ ਕਰਾਂਗੇ ਤੇ ਇਹ ਅਖੀਰ ਤੱਕ ਡਟਾਂਗੇ ਇਹ ਪਰਨ ਕਰਨ ਦੇ ਖਾਤਰ ਤੇ ਜਿਹੜੇ ਆਪਣੇ ਮੋਰਚੇ ਦੇ ਸ਼ਹੀਦ ਹੈ ਕਿਸਾਨ ਮੋਰਚੇ ਦੇ ਸ਼ਹੀਦ ਹੈ ਜਾਂ ਆਪਣੇ ਜੋ 23 ਮਾਰਚ ਦੇ ਸ਼ਹੀਦ ਹੈ ਜਿਨ੍ਹਾਂ ਨੇ ਆਪਣੇ ਚੜ੍ਹਦੇ ਜਵਾਨੀ ਦੇ ਵਿੱਚ ਦੇਸ਼ ਨੂੰ ਯਾਦ ਕਰਾਉਣ ਦੇ ਖਾਤਰ ਆਪਣੀਆਂ ਜਾਨਾਂ ਵਾਰੀਆਂ ਉਹ ਸਾਰੇ ਸ਼ਹੀਦਾਂ ਨੂੰ ਆ ਯਾਦ ਕਰਕੇ ਉਹਨਾਂ ਤੋਂ ਪ੍ਰੇਰਣਾ ਲੈਣ ਦੇ ਖਾਤਰ ਤੇ ਤੀਸਰਾ ਜਿਹੜੇ ਹੁਣ ਤੱਕ ਮੋਰਚੇ ਦੇ ਵਿੱਚ ਕਿਸਾਨਾਂ ਤੇ ਪਰਚੇ ਦਰਜ ਹੋਏ ਐ ਨੌਜਵਾਨਾਂ ਤੇ ਉਹ ਪਰਚੇ ਰੱਦ ਕਰਾਉਣ ਦੇ ਖਾਤਰ ਤੇ ਜਿਹੜੀ ਛਾਪੇਮਾਰੀ ਐ ਜਾਂ ਗ੍ਰਿਫਤਾਰੀਆਂ ਨੇ ਘਰਾਂ ਦੇ ਵਿੱਚ ਜਾਂ ਜਿਹੜੇ ਨੌਜਵਾਨਾਂ ਦੇ ਨਾਮ ਰੱਖੇ ਗਏ ਆ ਉਹਨਾਂ ਨੂੰ ਫੜਨ ਦੀ ਖਾਤਰ ਉਹਨਾਂ ਦੇ ਬਰਾਂਟ ਜਾਰੀ ਕੀਤੇ ਹੋਏ ਨੇ ਉਹਨਾਂ ਦੇ ਬਰਾਂਟ ਰੱਦ ਕਰਾਉਣ ਦੀ ਖਾਤਰ ਉਹਨਾਂ ਦੇ ਨਾਮ ਹੈ ਗ੍ਰਿਫਤਾਰੀਆਂ ਵਾਲੇ ਰੱਦ ਕਰਾਉਣ ਦੀ ਖਾਤਰ ਇਹ ਸਾਰੇ ਬਨੋਰਥਾਂ ਦੇ ਨਾਲ ਤਿੰਨੇ ਆਪਣੀਆਂ ਧਿਰਾਂ ਜਿਹੜੀਆਂ ਹੈਗੀਆਂ ਨੇ ਕਿਸਾਨ ਮਜ਼ਦੂਰ ਅਤੇ ਨੌਜਵਾਨ ਤਿੰਨੇ ਧਿਰਾਂ ਨੂੰ ਇਕੱਠਾ ਕਰਕੇ ਕਿਸਾਨ ਜਥੇਬੰਦਗੀਆਂ ਭਾਰਤੀ ਕਿਸਾਨ ਜਿਹਨੂੰ ਕ੍ਰਾਂਤੀਕਾਰੀ ਵੱਲੋਂ ਕਿਸਾਨ ਜਥੇਬੰਦਗੀਆਂ ਨੂੰ ਨਾਲ ਲੈ ਕੇ ਸਹਿਯੋਗੀ ਜਥੇਬੰਦਗੀਆਂ ਨੂੰ ਨਾਲ ਲੈ ਕੇ ਤੇ ਇਹ ਜਿਹੜਾ ਆਪਣਾ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਨੌਜਵਾਨ ਆਗੂਆਂ ਨੂੰ ਨਾਲ ਲੈ ਕੇ ਉਗੇ ਕਲਾਕਾਰਾਂ ਨੂੰ ਨਾਲ ਲੈ ਕੇ ਇਹੇ ਆਪਣੀ ਕਾਨਫਰੰਸ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਵੱਧ ਵੱਧ ਚੜ ਕੇ ਇਹਦੇ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ ਧੰਨਵਾਦ ਜੀ